ਹੈਲੋ ਸਟੂਡੈਂਟਸ ਐਂਡ ਵੈਲਕਮ ਟੂ ਮਾਈ ਚੈਨਲ ਮੀਟਰ ਮੈਥ ਸੰਜੀ 8th ਕਲਾਸ ਦੇ ਫਾਈਨਲ ਦੇ ਐਗਜ਼ਾਮ ਆ ਚੁੱਕੇ ਨੇ ਉਹਨਾਂ ਦੇ ਲਈ ਆਪਾਂ ਐਸਐਸਟੀ ਦਾ ਜੋ ਪਹਿਲਾ ਐਗਜ਼ਾਮ ਹੈ ਉਸ ਦੇ ਲਈ ਸ਼ਾਂਤੀ ਗੈਸ ਪੇਪਰ ਹੈ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇਸ ਵੀਡੀਓ ਦੇ ਵਿੱਚ ਸੋ ਕਰਦੇ ਆਂ ਸ਼ੇਅਰ ਫਿਰ ਤੁਹਾਡੇ ਨਾਲ ਸ਼ਾਂਤੀ ਗੈਸ ਪੇਪਰ ਨੂੰ ਹਾਂਜੀ ਚਾਹੋ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਮੈਂ ਹੌਲੀ ਹੌਲੀ ਸਕਰੋਲ ਕਰੂੰਗਾ हाँ जी दस नंबर पेज पर आ गए आप बारह तेरह चौदह 15 ਠੀਕ ਗਲਤੀ ਅੱਗੇ ਅੱਗੇ 16ਵੇਂ ਪੇਜ ਤੇ 17ਵੇਂ ਤੇ ਵੀ ਠੀਕ ਗਲਤੀ ਨੇ ਅੱਗੇ ਅੱਗੇ ਭੂਗੋਲ ਦੇ ਇੱਕ ਨੰਬਰ ਵਾਲੇ ਪ੍ਰਸ਼ਨ 18ਵੇਂ ਤੇ ਫਿਰ 19ਵੇਂ ਤੇ ਵੀ ਛੋਟੇ ਛੋਟੇ ਪ੍ਰਸ਼ਨ ਹੀ ਨੇ 20ਵੇਂ ਤੇ ਭੂਗੋਲ ਵਾਲੇ ਖਤਮ ਹੋ ਗਏ ਫਿਰ ਇਤਿਹਾਸ ਤੇ ਆ ਗਏ फिर इक्कीवें तो इतिहास ही ने फिर पेज नंबर बई हाँ जी अगे पेज नंबर तेई हाँ जी आ जाने पेज नंबर चौबीस हाँ जी अगे पच्ची नंबर पेज ਸਿਵਿਕਸ ਚਲਦੀ ਪਈ ਆ ਹਾਂਜੀ ਅੱਗੇ 26ਵੇਂ ਪੇਜ ਤੇ ਆ ਗਏ ਭੂਗੋਲ ਯਾਨੀ ਜੀਓਗ੍ਰਾਫੀ ਦੇ ਦੋ ਦੋ ਨੰਬਰ ਵਾਲੇ ਪ੍ਰਸ਼ਨ ਪੇਜ ਨੰਬਰ 27 ਤੇ ਦੋ ਵਾਲੇ ਮੁੱਕ ਗਏ ਭੂਗੋਲ ਦੇ ਇਤਿਹਾਸ ਦੇ ਦੋ ਦੋ ਵਾਲੇ ਫਿਰ 28 ਨੰਬਰ ਪੇਜ ਤੇ ਵੀ ਇਹੀ ਚਲਦੇ ਪਏ ਨੇ ਦੋ ਦੋ ਵਾਲੇ 29 ਤੇ ਵੀ तीह तो इतिहास से ख़त्म हो गए सविकस स्टार्ट हाँ जी सिविक्स दे हाँ जी अगे वे उत्तर प्रश्न बत्ती नंबर पेजते तेती चौंती ਹੋਨਾ ਜੀ ਆਪਾਂ ਪੇਜ ਨੰਬਰ 35 ਤੇ ਪੇਜ ਨੰਬਰ 36 ਹਾਂਜੀ ਪੇਜ ਨੰਬਰ 37 ਸ्रोत ਅਧਾਰਿਤ ਪ੍ਰਸ਼ਨ ਪੈਰੇ ਜੋ ਪ੍ਰਸ਼ਨ ਲੱਭੇ ਹੁੰਦੇ ਜਿਹੜੇ 38 ਤੇ ਵੀ ਹਾਂਜੀ 39 ਤੇ ਖਤਮ ਹੋ ਗਏ ਇਹ ਨਾਲ ਨਕਸ਼ਾ ਹੋ ਗਿਆ ਸ਼ੁਰੂ ਤੇ ਨਾਲ ਅੱਗੇ 40 ਨੰਬਰ ਪੇਜ ਤੇ ਆਗੇ ਨਕਸ਼ੇ ਦਾ ਸਕਰੀਨ ਸ਼ਾਟ ਲੈ ਲਿਓ ਭਾਈ ਸੋ ਇਹ ਸੀ ਜੀ ਸ਼ਾਂਤੀ ਗੈਸ ਪੇਪਰ 8th ਕਲਾਸ ਦੇ ਲਈ ਐਸਐਸਟੀ ਦੇ ਲਈ ਸੋ ਬੈਸਟ ਵਿਸ਼ਸ ਨੇ ਭਈ ਵਧੀਆ ਤਿਆਰੀ ਕਰਕੇ ਜਾਣੀ ਹੈ ਵਧੀਆ ਮਾਰਕਸ ਲੈਣੇ ਨੇ ਵੀਡੀਓ ਨੂੰ ਲਾਈਕ ਕਰਨਾ ਇਸ ਸ਼ਾਂਤੀ ਗੈਸ ਪੇਪਰ ਨੂੰ ਸੋਲਵ ਕਰਕੇ ਦੇਖ ਲੈਣਾ ਭਈ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਆਪਣੇ ਸਾਰੇ ਫਰੈਂਡਸ ਦੇ ਨਾਲ ਜਲਦੀ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਵਿੱਚ